ਵਿਸਾਖੀ ਮੌਕੇ ਸੰਗਤਾਂ ਖਾਲਸਾ ਸਾਜਣ ਦਿਵਸ ਮਨਾਉਣ ਲਈ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾ ਰਹੀਆਂ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਧਾਲੂਆਂ ਦਾ ਜੱਥਾ 13 ਅਪ੍ਰੈਲ ਨੂੰ ਸਵੇਰੇ 8 ਵਜੇ ਰਵਾਨਾ ਕੀਤਾ ਜਾਵੇਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਜੱਥੇ ਵਿੱਚ ਜਾਣ ਵਾਲੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਦੇਖੋ, ਹਰ ਸਾਲ ਦੀ ਤਰੀਕੇ ਦੇ ਨਾਲ ਜਿਹੜਾ ਜੱਥਾ ਪਾਕਿਸਤਾਨ ਨਨਕਾਣਾ ਸਾਹਿਬ ਦੇ ਔਰ ਪੰਜਾ ਸਾਹਿਬ ਦੇ ਦਰਸ਼ਨ ਕਰਨ ਲਈ ਜਾਂਦਾ, ਇਸ ਸਾਲ ਤਕਰੀਬਨ 4,400-4,500 ਵੀਜ਼ੇ ਵਾਸਤੇ ਅਪਲਾਈ ਹੋਇਆ ਸੀ ਆਲ ਓਵਰ ਇੰਡੀਆ ਤੋਂ, ਔਰ ਤਕਰੀਬਨ 2,880 ਦੇ ਕਰੀਬ ਜਿਹੜੇ ਨੇ ਉਹ ਵੀਜ਼ੇ ਲੱਗੇ ਨੇ, ਔਰ ਉਹਦੇ ਵਿੱਚ 190 ਵੀਜ਼ੇ ਜਿਹੜੇ ਦਿੱਲੀ ਤੋਂ ਅਸੀਂ ਸਾਨੂੰ ਮਿਲੇ ਨੇ ਸੰਗਤਾਂ ਵਾਸਤੇ, ਔਰ ਕੱਲ੍ਹ ਸਵੇਰੇ ਸੰਗਤਾਂ ਇੱਥੋਂ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸਵੇਰੇ 10 ਵਜੇ ਰਵਾਨਗੀ ਹੋਈ ਹੈ। ਮੈਂ ਸਮਝਦਾ ਕਿ ਆਪਣੇ ਗੁਰੂ ਨੂੰ ਯਾਦ ਕਰਨ ਦਾ, ਗੁਰੂ ਨੂੰ ਨਤਮਸਤਕ ਹੋਣ ਦਾ ਇੱਕ ਬਹੁਤ ਵੱਡਾ ਮੌਕਾ ਹੈ, ਔਰ ਦਿੱਲੀ ਦੀ ਸੰਗਤ ਜਿਸ ਤਰੀਕੇ ਦੇ ਨਾਲ ਜਾ ਰਹੀ ਹੈ, ਮੈਂ ਸਾਰਿਆਂ ਨੂੰ ਵਿਸਾਖੀ ਦੀ ਵਧਾਈ ਵੀ ਦਿੰਦਾ ਔਰ ਗੁਰਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਸਾਰਿਆਂ ਦੀ ਯਾਤਰਾ